रवि का मैच रहा फिर अजे रहा जी बड़ी खेलता है अजे वर्गे मोहित वर्गे मुंडे टीम मित्रले पासे भी कदे बड़ी भारी बनी है दोवें टीम बिलकुल बराबर दिया विरोधी बन गया मेरे मित्रों पंजाबे दा कदे सुधीर छोटी उम्र च वड्डा ना बनाया मुंडे ने चर्चे वड्डे ने बल्ले बल्ले सुरेश जी भी पूरी आ गल पक्की मेरे मित्रों सवाल वखरा और खेड़ वाली बांधा है कौन पाला लाउंदा ते कौन बल्ले बल्ले गाउंदा उधर सवाल वखरा और सवाल वखरा मेरे मित्रों भी सुबह शाम पैंदे आ एंड मैच लगना एंड गलबात वीरे फिर जाके चमला शिकार बनना पैंदी आ जवानां गुज्जर दे सामणी इन्ना सौखा नहीं वालीबाल दा स्टार बनना पैंदी आ जवानां गुज्जर दे सामणी इन्ना सौखा नहीं वालीबाल दा स्टार बनना मेहनत करनी पैंदी आ फिर दुनिया ओए सुरेश रामकोट तगड़ी बाल आ गया रामकोट दा सुरेश बल्ले बल्ले करवा रिहा ਬੰਟੀ ਤੇ ਬਾਲ ਲਾਈ ਹੈ ਤੇ ਚਰਚੇ ਮੇਰੇ ਮਿੱਤਰੋ ਹੋ ਗਏ ਨੇ ਭਾਈ ਦੋ ਨੰਬਰ ਤੋਂ ਮੇਰੇ ਬੈਟ ਖਤਮ ਹੋ ਗਿਆ ਜੀ ਹੈ ਨਹੀਂ ਯਾਰ ਦੋ ਨੰਬਰ ਚੋਂ ਕਿਹੜੀ ਟੀਮ ਜਿੱਤ ਗਈ ਜੀ ਪਤਾ ਚੱਲਦਾ ਭਾਈ ਮੈਚ ਹੋ ਗਿਆ ਆਓ ਜੀ ਦੀਵਾਨ ਕਿਹੜਾ ਤੇ ਕਹਿ ਰਿਹਾ ਵੀ ਵੀਰੇ 2 ਮਿੰਟ ਦੀ ਗੱਲ ਦੋਵਾਂ ਟੀਮਾਂ ਨੂੰ ਦੀਵਾਨ ਖੇੜਾ ਤੇ ਕਹਿ ਰਿਹਾ ਵੀ ਇਹ ਜੇਤੂ ਟੀਮ ਦੇ ਰੈਫਰੀ ਵਾਲੇ ਕਿਹੜੀ ਟੀਮ ਜਿੱਤ ਗਈ ਇਧਰੋਂ ਕੰਦੂ ਖੇੜਾ ਹਾਂਜੀ ਕੰਦੂ ਖੇੜਾ ਕੰਦੂ ਖੇੜਾ चाचे गल्लां दूर दराडे ने मेरे मित्रों जट शुरू भी नहीं होया ते कईयां दा कीता है अखीर जट ने पंजाबे वालिया गलतियां ना कर वीरा गड्डी जे धरपरी दी चली जाना है एक गल जड़ी पक्की है लो बल्ले 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 ओ भाई ताली दे वाला जोरदार रेसर दा अगला मैच है प्रदीप देओल नाल हुसन रेडी दा वीरे मुंडे ने अपने वाले पासे कीता है वाह चौकी वाले वालिया नहीं और इस साथ देनिया मुंडा भगड़े करे को आ गया आओ खेल दे मैदान दे अंदर बिग खेल दे मैदान विच खेत तील कीर आज पता लगू कीड़ा तगड़ा शरीर आओ सत्ते को ला दियो बाना जितने देने की होर मित्रों इधे सुबह नु 5:30 बजे पता लग जाना है बिया मेला जित कौन जाता है लाके डोलिया पट्टा ते कुट्टा दा पूरा जोर मित्रो इहदे पता कदे लग जाना है वी कौन जगदा है ते कौन सिक के जांदा है वी योदे रण विच यूजदे विच वांदे तलवारां उस डाढे दे हथ हुंदियां है जित्तां दे हारां जित्त दी खुशी माईए ना हारो डरिए ओ मदड़े बोल ना बोलिए करता नु डरिए उच्चा बोल ना बोलिए करता नु डरिए गेम दस दया किन्ने दी अवरे वेट जी उधर भी चला दो मैच जी दीवान खेड़ा ते खेल रिया भी ਤੇ ਨਾਲ ਕੰਦੂ ਖੜਦੀ ਜਸਵੇ ਰੈਫਰੀ ਆਓ ਜਲਦੀ ਦੇ ਨਾਲ ਮੈਚ ਚਲਾਈਏ ਜੀ ਗਰਾਊਂਡ ਆਪਣੇ ਕੋਲ ਵਿਹਲਾ ਪਿਆ ਭਰਾ ਬਣ ਕੇ ਹੁਣ ਬਹੁਤਾ ਸਮਾਂ ਨਾ ਲਾਈਏ ਦੋਨਾਂ ਟੀਮਾਂ ਨੂੰ ਹਜੀ
ਉਧਰਲੇ ਪਾਸੇ ਧੰਨਾ ਸਾਡਾ ਵੱਡਾ ਬਾਈ ਆਸਟ੍ਰੇਲੀਆ ਵੀਰ ਉਹ ਵੀ ਨਾ ਮੈਚਾਂ ਨੂੰ ਲਾਈਵ ਤੱਕਦਾ ਵੀਰ ਸਾਡਾ ਧੰਨਾ ਸਰਾ ਵੱਡੀਆਂ ਜਿਹੜੀਆਂ ਸਪੋਰਟਾਂ ਹੁੰਦੀਆਂ ਨੇ ਮੇਰੇ ਮਿੱਤਰੋ ਹਰੇਕ ਖੇਡ ਮੇਲੇ ਚ ਵੱਡੇ ਜਿਹੜੇ ਮਾਣ ਪਿਆਰ ਹੁੰਦੇ ਨੇ ਧੰਨਾ ਸਰਾ ਵੀਰ ਸਾਡਾ ਆਸਟ੍ਰੇਲੀਆ ਤੋਂ ਉਹ ਵੀ ਭਰਾ ਇਹਨਾਂ ਮੈਚਾਂ ਨੂੰ ਲਾਈਵ ਤੱਕਦਾ ਹੈ ਬਹੁਤ ਵੱਡਾ ਜਿਹੜਾ ਧੰਨਵਾਦ ਹੈ ਵੀਰ ਸਾਡੇ ਦਾ ਧੰਨਾ ਸਰਾ ਵੀਰ ਸਾਡਾ ਬਹੁਤ ਵੱਡਾ ਕਿ ਧੰਨਵਾਦ ਕਰਦਾ ਹੈ ਆਸਟ੍ਰੇਲੀਆ ਚ ਬੈਠਾ ਵੀਰ ਸਾਡਾ ਹੈ ਔਰ ਬਹੁਤ ਵੱਡਾ ਕਿ ਧੰਨਵਾਦ ਹੈ ਵਿਦੇਸ਼ੀ ਧਰਤੀ ਦੇ ਔਰ ਬੱਲੇ 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 ਹੋ ਗਈ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਅੰਦਰ ਜਿੰਨੇ ਵੀਰ ਵਾਲੀਬਾਲ ਨਾਲ ਜੁੜਿਆ ਹੈ ਬਹੁਤ ਵੱਡਾ ਕਿ ਧੰਨਵਾਦ ਕਰ ਰਿਹਾ ਹੈ ਬੜਾ ਕੁ ਦਿੱਤਾ ਵਾਲੀਬਾਲ ਨੇ ਜਾਂਦੇ ਵਾਸਤੇ ਰਹਿਣ ਵੀਰ ਸਾਡੇ ਜਿਹੜੇ ਭਰਾ ਕੇ ਮੇਲਾ ਕਰਾਉਂਦੇ ਆ ਆਹ ਸੁਰੇਸ਼ ਲਓ ਸੰਦਰ ਦੇ ਪਾਸੇ ਹੋਈ ਪਈ ਕਮਾਲ ਮੇਰੇ ਮਿੱਤਰੋ ਕਮਾਲ ਜਿਹੜੀ ਹੋਈ ਪਈ ਹੈ ਨਾਲ ਹੀ ਵੀਰੇ ਪ੍ਰਬੰਧਕ ਵੀਰ ਸਾਨੂੰ ਮਿਲੇ ਜੀ ਆ ਕੇ ਕੋਈ ਵੀ ਇੱਕ ਬੰਦਾ ਰਾਏਕੋਟ ਵਾਲੇ ਮੁੰਡੇ ਜਿਹੜੇ ਵੇਟ ਕਰ ਰਹੇ ਨੇ ਇੰਤਜ਼ਾਰ ਕਰ ਰਹੇ ਨੇ ਉਹਨਾਂ ਨੇ ਜਾਣਾ ਹੈ ਭਰਾ ਬਣ ਕੇ ਪ੍ਰਬੰਧਕ ਵੀਰ ਮਿਲੋ ਜੀ ਸਾਨੂੰ ਆ ਕੇ ਵੀਰੇ ਦੋ ਨੰਬਰ ਗਰਾਊਂਡ ਦਾ ਮੈਚ ਚੱਲਿਆ ਕਿ ਨਹੀਂ ਜੀ ਦੋਵੇਂ ਟੀਮਾਂ ਦੱਸ ਦਿਓ ਖੇਡਣਾ ਨਹੀਂ ਤਾਂ ਵੀ ਦੱਸ ਦਿਓ ਜੀ ਦੀਵਾਨ ਖੇੜਾ ਤੇ ਕੇਰੀਆਂ ਬੀ ਬਈ ਕੰਦੂ ਖੇੜੇ ਦੀ ਟੀਮ ਦਾ ਰੈਫਰੀ ਆਵੇ ਜੀ ਬਾਈ ਜੇ ਰੈਫਰੀ ਨਹੀਂ ਆਉਂਦਾ ਪਲੰਟੀ ਲਾ ਸਕਦੇ ਆਪਾਂ ਕੋਈ ਗੱਲ ਨਹੀਂ ਵੀਰਵਾਰ ਦਾ ਮੈਚ ਕਰਾਈਏ ਆਪਾਂ ਜਲਦੀ ਨਾਲ ਭਰਾ ਬਣਦਾ ਹੈ ਜਿਹੜਾ ਮੈਚ ਆਪਾਂ ਜਲਦੀ ਨਾਲ ਕਰਾ ਦਈਏ ਉਹ ਪੱਲੇ ਵਾਹ ਮੁੰਡਾ ਮੁੰਡਾ ਭੁੱਖੇ ਦੇ ਨਿਆਣਾ ਦਾ ਪਤਲੇ ਪਤੰਗ ਦੇ ਸਰੀਰ ਦਾ ਕਰਦਾ ਮੁਕਾਬਲਾ ਕਮਾਨੋ ਛੱਡੇ ਤੀਰ ਦਾ ਕਰਦਾ ਮੁਕਾਬਲਾ ਕਮਾਨੋ ਛੱਡੇ ਤੀਰ ਦਾ ਮੁੰਡੇ ਨੇ ਕਮਾਲ ਗਦੇ ਕਰ ਦਿੱਤੀ ਆ ਜੋਗੀ ਵਾਲੇ ਕਹਿੰਦੇ ਆ ਵੀ ਜਿਹੜਾ ਮਰਜ਼ੀ ਆ ਜੇ ਅੱਜ ਸੁੱਕਾ ਨਹੀਂ ਛੱਡਣਾ ਵੀ ਕਿਹਨੂੰ ਕਿਹਨੂੰ ਦੁੱਖ ਸਾਡੀ ਬੱਲੇ ਬੱਲੇ ਦਾ ਉਹ ਕਰਨਾ ਹਿਸਾਬ ਅੱਜ ਕੱਲੇ ਕੱਲੇ ਦਾ ਕਿਹਨੂੰ ਕਿਹਨੂੰ ਦੁੱਖ ਸਾਡੀ ਬੱਲੇ ਬੱਲੇ ਦਾ ਕਰਨਾ ਹਿਸਾਬ ਅੱਜ ਕੱਲੇ ਕੱਲੇ ਦਾ ਮੁੰਡੇ ਪੂਰੇ ਫਿੱਟ ਆ ਪੰਜਾਬੇ ਵਾਲਿਆ ਢਿੱਲਣਾ ਦੇ ਢਿੱਲਣਾ ਦੇ ਢਿੱਲਣਾ ਦੇ ਢਿੱਲਣਾ ਦੇ ਨਹੀਂ ਤੇ ਦੌਣ ਕਰ ਦੇਣਗੇ ਇਹ ਕੰਮ ਜਿਹੜੀ ਪੱਕੀ ਆ ਨਹੀਂ ਤੇ ਮੁੰਡੇ ਦੌਣ ਕਰ ਦੇਣਗੇ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਅੰਦਰ ਧੰਨ ਧੰਨ ਕਦੇ ਕਰਾਈ ਤੁਰੇ ਆਉਂਦੇ ਆ ਵੀ ਮੁੜਕੋ ਮੁੜਕੀ ਹੋ ਗਏ ਲੱਗਾ ਜੋਰ ਚੁੱਭਣਾ ਦਾ ਤੇ ਟੰਡਾ ਵੀ ਨਹੀਂ ਚੁੱਭਦਾ ਜਿਸਮਤ ਠੋਰ ਚੁੱਭਣਾ ਦਾ ਮੁੜਕੋ ਮੁੜਕੀ ਹੋਈ ਫੜਦੇ ਆ ਤਾਂ ਮੁੰਡਾ ਦੇ ਖੇਡਾਂ ਵੀ ਪਈ ਇਹ ਬਣਾ ਕੇ ਝਾਜਰ ਤੇਰੀ ਨਾਲ ਨਾਲ ਤੇਰੇ ਤੁਰਨਾ ਆ ਫੈਟਾ ਪੂਰੇ ਜੋਗੀ ਵਾਲੀ ਆ ਮੁੰਡੇ ਬਈ ਜਾਣਾ ਸੁਰਨਾ ਨਹੀਂ ਪੱਕੇ ਮਰ ਜਾਂਗੇ ਬਣ ਕਾ ਨਹੀਂ ਤੇਰੀ ਦੇ ਬਣ ਕੇ ਝਾਂਜਰ ਦੇ ਵੰਗ ਦੇ ਵਿੱਚ ਆਏ ਦਵਿੰਦਰ ਦਾ ਦਿਲ ਛੜਕੇ ਅੱਜ ਤੈਨੂੰ ਟੱਕਰਾਂਗੇ ਸੱਜਰੇ ਸ਼ਰੀਕ ਤੇਰੇ ਬਣ ਕੇ ਅੱਜ ਤੈਨੂੰ ਟੱਕਰਾਂਗੇ ਸੱਜਰੇ ਸ਼ਰੀਕ ਤੇਰੇ ਬਣ ਕੇ ਬਹੁਤ ਵੱਡਾ ਜਿਹੜਾ ਧੰਨਵਾਦ ਹੈ ਵੀਰੋ ਸਾਡੇ ਜੋਤੀ ਸਰ ਨੀ ਆਈ ਵੀਰੇ ਸਫਲਤਾ ਉਧਰਲੇ ਪਾਸੇ ਪੰਜਾਬੀ ਦੀ ਟੀਮ ਦੇ ਸੀ ਵੀਰੇ ਦੋ ਨੰਬਰ ਗਰਾਊਂਡ ਦਾ ਮੈਚ ਚੱਲ ਗਿਆ ਜੀ ਦੋ ਨੰਬਰ ਗਰਾਊਂਡ ਤੇ ਬਈ ਰੈਫਰੀ ਆਇਆ ਕਿ ਨਹੀਂ ਹਲੇ ਵੀਰੋ ਪੂਰੇ ਕੋਲ ਸਾਰੇ ਆ ਗਿਆ ਵੀਰੇ ਬਹੁਤ ਬਹੁਤ ਧੰਨਵਾਦ ਸ਼ੁਰੂ ਕਰ ਦਿਓ ਮੈਚ ਜੀ ਇਸ ਤੋਂ ਬਾਅਦ
मैच जिहड़ा खेडिया जाणा है सेवक क्लब हुसनर ते रायसर जस्सा आ मैच जिहड़ा एक नंबर ग्राउंड च खेडिया जाणा है। चैणेआलू बाई आ क्वार्टर च पहुंच गई दीप रे। अगला मैच रायसर जस्सा ते प्रदीप दियौण हुसनर च खेडदा प्रदीप रे। ਲੈ ਵੀ ਉਧਰਲੇ ਪਾਸੇ ਅਮਿਤ ਸਹਰਨ ਵੀਰ ਹੈ ਸਾਡਾ ਉਹ ਵੀਰ ਕਿਤੇ ਵੀ ਸ੍ਰੇਸ਼ ਜਿੰਨੀਆਂ ਵੀ ਸਿੰਗਲ ਹੈ ਬੱਲਾ ਮਾਰ ਕੇ ਨੰਬਰ ਜੋੜਦਾ ਹੈ ਉਹਨੇ ਇੱਕ ਸੌ ਸੌ ਦੇ ਸ਼ੇਰੂ ਦਾ ਅਗਲਾ ਮੈਚ ਜੀ ਅਗਲਾ ਮੈਚ ਵੀਰੇ ਜਿਹੜੇ ਕੀਤੇ ਜਾਣਗੇ ਤੇ ਉਧਰਲੇ ਪਾਸੇ ਸਾਡੇ ਭਰਾ ਦੇ ਤਿਆਰੀ ਫੜਦਾ ਹੁਣ ਤਿਆਰੀ ਫੜਨੀ ਪੈਣੀ ਹੈ ਜਾਂ ਕਹਿੰਦੇ ਬੱਟੀ ਨੂੰ ਵੀ ਕੋਈ ਪੱਟੀ ਪੁੱਟੀ ਤੋੜ ਕੇ ਮਿੱਤਰਾ ਨੰਬਰ ਜਿਹੜੇ ਜੋੜਨੇ ਪੈਣੇ ਹੈ ਜਾਂ ਰਵੀ ਦਾ ਮੈਚ ਰਹਿੰਦਾ ਵੀਰੇ ਰਹਿੰਦਾ ਜੀ खिलाड़ी मेरे मित्रो कहते टॉपला है और सामने मुकाबला भी कहते महंगे बोलता है बाहरिया टीम की तैयारी फड़के रखने वीर बनता है ਜਿਹੜੇ ਉਸ ਤੋਂ ਬਾਅਦ ਮੁਕਾਬਲੇ ਕਿਹੜੇ ਖੇਡੇ ਜਾਣੇ ਆ ਇਹ ਵੀ ਟੀਮਾਂ ਹੋ ਤਿਆਰੀ ਕੈਮਰੇ ਸਾਹਮਣੇ ਸੁਧੀਰ ਪੰਜਾਬ ਏ ਟੀਮ ਦੇ ਅਗਲਾ ਮੈਚ ਰੈਸਰ ਤੇ ਹੁਸਨਰ ਪਰ ਉਹਦੇ ਪਾਸੇ ਕਮਾਲ ਕਰੇ ਕਰ ਦਿੱਤੀ ਮੇਰੇ ਮਿੱਤਰੋ ਖੇਡ ਦੇ ਮਲਾਉਣ ਦੇ ਅੰਦਰ ਪਿੰਡਾ ਲਫੜਿਆ ਮਿੱਟੀ ਨਾਲ ਸਾਰਾ ਤੇ ਉਧਰ ਟੂਣਾ ਟੱਪਾ ਜਾ ਵੀ ਹੋ ਗਿਆ ਪੰਜਾਬ ਵਾਲੇ ਮੁੰਡੇ ਜਿਹੜੀਆਂ ਕਦੇ ਕਮਾਲਾ ਕਰਦੇ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਅੰਦਰ ਮੁੰਡੇ ਪੰਜਾਬ ਦੇ ਵੱਖਰੀ ਕੋਈ ਬੇਉਂਤ ਬੰਦੀ ਸਕੋਰ ਕਰਦੇ ਆ ਪਤਾ ਕਰਦੇ ਆ ਵੀਰੇ ਵੇਟ ਜੀ ਫਿਰ ਕਿਤੇ ਜਾ ਕੇ ਜਿਹੜਾ ਮੁੰਡਿਆਂ ਤੋਂ ਜਿੱਤਿਆ ਜਾਣਾ ਮੁੰਡੇ ਰਾਜਸਥਾਨ ਵਾਲੇ ਵੀ ਅੰਕੁਸ਼ ਵਰਗੇ ਪੂਰੇ ਫਿੱਟ ਨੇ ਰਾਹੁਲ ਵਰਗੇ ਟੀਮ ਇਧਰਲੇ ਪਾਸੇ ਵੀ ਕਹਿੰਦੇ ਬੜੀ ਚੋਟੀ ਦੀ ਬਣੀ ਹੈ ਵੀ ਤਿੰਨ ਸ਼ਾਟਾਂ ਲਾਉਂਦੇ ਦੋ ਡਿਫੈਂਸ ਪਾਉਂਦੇ ਉਹ ਨੈੱਟ ਤੋਂ ਸਮੈਸ਼ ਵੱਜੇ ਸਾਰੇ ਇਹੋ ਚਾਹੁੰਦੇ ਫਿਰ ਇਨਾਮ ਦੇਣ ਲਈ ਉਹ ਕਮੇਟੀ ਸੱਦੂਗੀ ਫਿਰ ਜਿਹੜੀ ਗੱਲ ਮਿੱਤਰੋ ਉਹ ਟਿਕਾਣੇ ਲੱਗੂਗੀ ਫਿਰ ਜਿਹੜੀ ਗੱਲ ਉਹ ਟਿਕਾਣੇ ਲੱਗੂਗੀ ਕੌਣ ਲਾਉਂਦਾ ਗੱਲਾਂ ਬਾਤਾਂ ਟਿਕਾਣੇ ਸਾਹਮਣੇ ਮੁੰਡਾ ਰਾਹੁਲ ਉਧਰਲੇ ਪਾਸੇ ਕਹਿੰਦੇ ਪੰਜਾਬ ਵਾਲਾ ਬੱਟੀ ਪਰ ਗਲਤੀ ਕਹਿੰਦੇ ਨੌਜਵਾਨ ਸਕੋਰ ਕਿੰਨੇ ਆ ਬਾਈ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਛੋਟੀ ਉਮਰ ਚ ਮਿਹਨਤ ਜਿਹੜੀ ਚੋਪਰ ਨੇ ਵੱਡੀ ਕੀਤੀ ਹੈ ਗੋਲਡੀਆ ਭਰਾ ਸਾਡਾ ਸੰਗਰੂਰ ਵਾਲਾ ਮਾਣ ਕਰਦਾ ਮੁੰਡੇ ਦੀ ਖੇਡ ਦੇ ਜੇ ਪੰਜਾਬ ਵਾਲਾ ਜੋ ਫਾਈਨਲ ਜਿੱਤ ਗਿਆ ਤੇ ਪੰਜਾਬ ਵਾਲਾ ਸੁਧੀਰ ਜਿਹੜੀ ਚੀਜ਼ ਦੇ ਹੱਥ ਰੱਖੇਗਾ ਆਪਾਂ ਉਸ ਚੀਜ਼ ਦੇ ਨਾਲ ਵੱਡਾ ਜਿਹੜਾ ਮਾਨ ਸਨਮਾਨ ਜਿਹੜਾ ਮੁੰਡੇ ਦਾ ਕਰ ਦੇਣਾ ਹੈ ਦੂਜੇ ਪਾਸੇ ਵੀਰ ਸਾਡੇ ਰਾਮਕੋਟ ਵਾਲੇ ਕਹਿੰਦੇ ਆ ਜੇ ਰਾਮਕੋਟ ਵਾਲਾ ਸੁਰੇਸ਼ ਅੱਜ ਫਾਈਨਲ ਜਿੱਤ ਗਿਆ ਤਾਂ ਆਪਾਂ 11,000 ਦੇ ਨਾਲ ਭਰਾ ਸਾਡੇ ਕ੍ਰੇਜ਼ੀ ਹੋਣੀ ਭਰਾ ਸਾਡੇ ਵਿਨੋਦ ਹੋਣੀ ਸਾਰੀ ਪ੍ਰਬੰਧਕੀ ਕਮੇਟੀ ਕਹਿੰਦੀ ਹੈ ਵੀ ਆਪਾਂ 11,000 ਦੇ ਨਾਲ ਵੱਡਾ ਜਿਹੜਾ ਮਾਨ ਸਨਮਾਨ ਸੁਰੇਸ਼ ਦਾ ਕਰ ਦੇਣਾ ਹੈ पर पंजाब वालिया हुण साथ देना पैना है ਵੀ ਬੈਕ ਬੈਕ ਇਹ ਪਿੰਡ ਦੇ ਮੁੰਡੇ ਸਲਾਹਾਂ ਕਰਦੇ ਆ ਆਹ ਕਿਵੇਂ ਸਮਾਜ ਦੀ ਰੀਸ ਕਰੀਏ ਬਾਪੂ ਖੋਰੀ ਖੋਦੇ ਦਾ ਖੋਦੇ ਮਰ ਗਿਆ ਕਿਹਦੇ ਆਸਰੇ ਕਾਲਜ ਦੀ ਫੀਸ ਭਰੀਏ ਸਕੋਰ ਕੀ ਨਾਲ ਸਾਰ ਲਈਏ ਪੈਂਦੀ ਕਰੇਜੇ ਕਿਵੇਂ ਚੀਸ ਕਰੀਏ ਜਦੋਂ ਪਾਣੀ ਸਿਰ ਤੋਂ ਲੰਘਦਾ ਹੋਵੇ ਤੇ ਗੁਰਾ ਖਿਆ ਤਲੀ ਦੇ ਸੀਸ ਧਰੀਏ
जस्से का अगला मैच जी अगला मैच प्रदीप दियोन नाल हुसन और सेवक क्लब नावे देख सूरे मुकाबला टॉपला है बाकी के मुकाबला बड़ा सोना जिहड़ा खेडिया जा रहा है खेड दे मैदान दे अंदर चार ते चफेरे दुनिया दा कहंदे ठाठा मारदा लखा है वॉलीबॉल शूटिंग ऑन फायर दे लाओ जी साइडा चाहिए वीरे जोगी वाले दी लीड है जी वॉलीबॉल कच्ची पे दे मेरे मित्र जिहड़े 8000 तो साइडा चाहिए 8 जोगी जा जा पुन्ना भी कदे पुज्या है वॉलीबॉल शूटिंग पंजाब पे दे जरिए एक प्रसन्न दा लाइव वाला होर पुज्या है उस वीर दा भी वड्डा धन्यवाद लाइव वाले भरावां दा साथी बुलारियां दा वड्डा धन्यवाद है मन्ना वीर सड्डा कदे कपूर शाह पिंड वाला इना पिंडा दा मान है मुंडा वीर सड्डा कदे 8 जोगी वाला 4 स्कोर पंजाबे दे अवरे 8-4 आ जी सिमरन जी अजकल 9-3 9-3 सॉरी वीरे 9-3 जी 9 जोगी वाला 3 पंजाबा स्टेज ऊपर आके पवन नाई वीर साडा की ना भाजी ਤੁਹਾਡਾ ਠੀਕ ਹੈ ਜਿਵੇਂ ਤੁਸੀਂ ਕਹਤਾ ਲਓ ਸੰਦਲੇ ਪਾਸੇ ਸਾਡਾ ਜੀ ਸਾਡਾ ਕੋਈ ਜਿਹਨੇ ਮੇਰੇ ਮਿੱਤਰੋ ਕਿੰਨੇ ਨੰਬਰ ਵੀਰ ਜੀ ਇਧਰ ਕਿੰਨੇ ਉਧਰ ਦੋ ਟੱਕਰ ਬਰਾਬਰ ਦੀ 9 ਤੇ 9 ਸੌਰੀ ਲਓ ਸਾਹਮਣੇ ਦੇ ਪਾਸੇ ਮੇਰੇ ਮਿੱਤਰੋ ਮੁਕਾਬਲਾ ਕਿਤੇ ਟੌਪ ਦਾ ਖੇਡ ਦੇ ਮੈਦਾਨ ਦੇ ਅੰਦਰ ਵੱਖਰੀ ਜਮਾਤ ਹੁੰਦੀ ਹੈ ਆ ਗੱਲਾਂ ਵੀ ਉਹਨਾਂ ਦੀਆਂ ਹੁੰਦੀਆਂ ਹੈ ਉਹ ਜਿਨ੍ਹਾਂ ਚ ਕੋਈ ਗੱਲਬਾਤ ਖਾਸ ਹੁੰਦੀ ਹੈ ਗੱਲਾਂ ਵੀ ਉਹਨਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਚ ਗੱਲਬਾਤ ਕੋਈ ਖਾਸ ਹੁੰਦੀ ਹੈ ਪਰ ਇਹਨਾਂ ਮੁੰਡਿਆਂ ਚ ਮੇਰੇ ਮਿੱਤਰੋ ਗੱਲਬਾਤ ਕਦੇ ਵੱਡੀ ਹੈ ਖੇਡ ਦੇ ਮੈਦਾਨ ਦੇ ਅੰਦਰ ਮਹਿੰਗੇ ਮੁੱਲ ਦੇ ਖਿਡਾਰੀ ਜਿਹੜੇ ਖੇਡਦੇ ਨੇ ਤੇ ਚਰਚੇ ਮੇਰੇ ਮਿੱਤਰੋ ਜਿਹੜੇ ਹੁੰਦੇ ਜਾਨ ਨਹੀਂ ਹੈ ਵੀਰੇ ਖੇਡ ਦੇ ਮੈਦਾਨਾਂ ਦੇ ਅੰਦਰ ਦੀ ਬਾਪੂ ਆਖਦਾ ਹੈ ਪੁੱਤ ਖੇਡ ਸ਼ੇਰ ਬਣ ਕੇ ਵਿਖਾ ਦੇ ਚੋਟੀ ਦਾ ਉਹ ਪਲੇਅਰ ਬਣ ਕੇ ਯਾਰ ਬੇਲੀ ਰਿਸ਼ਤੇਦਾਰ ਮਾਣ ਸਾਰੇ ਕਰਦੇ ਤੇ ਗੁਣਾ ਬਿਨਾ ਕੋਈ ਨਹੀਂ ਕਿਸੇ ਨੂੰ ਜਾਣਦਾ ਤੇ ਪੁੱਤ ਜਿੰਨਾ ਜਿੰਨਾ ਮਾਵਾਂ ਦੇ ਪਲੇਅਰ ਬਣਦੇ ਉਹ ਨਾਂ ਵਿੱਚ ਹੋ ਜੇ ਪੂਰੇ ਓਏ ਖਾਨਦਾਨ ਦਾ ਉਹ ਨਾਂ ਵਿੱਚ ਹੋ ਜੇ ਪੂਰੇ ਖਾਨਦਾਨ ਦਾ ਗਲਤੀ ਕਰ ਗਿਆ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਅੰਦਰ ਲਾਲ ਸੁੰਦਰੇ ਪਾਸੇ ਰੋਲੇ ਰੱਪੇ ਵੀ ਪੂਰੇ ਨੇ ਔਰ ਰੋਲੇ ਰੱਪੇ 16-17 ਨਾਲ ਜਿੱਤ ਗਈ ਜੱਸੇ ਵਰਗੇ ਸੱਤੇ ਤੋਂ ਵੀਰੇ 16-17 ਨਾਲ ਜੀ ਤੇ ਤਜਰਬਾ ਮੁੰਡੇ ਜੋਗੀ ਵਾਲੇ ਪਿੰਡ ਦੇ ਪੂਰਾ ਚੱਕੀ ਫਿਰਦੇ ਆ ਇਹ ਗੱਲ ਜਿਹੜੀ ਪੱਕੀ ਆ ਵੀ ਦਿਲ ਕਰਦਾ ਕੋਈ ਤਗੜਾ ਜਾਂ ਡਾਕਟਰ ਨਹੀਂ ਆਇਆ ਮੇਰੇ ਹਿਸਾਬ ਨਾਲ ਵੀਰੇ ਭੁੱਖ ਮਰੀ ਨਾਲੋਂ ਮੈਂ ਕਹਿਰ ਤਰ੍ਹਾਂ ਮਰ ਜਾਵਾਂ ਮੇਰੀ ਕਰਜ਼ੇ ਚ ਡੁੱਬੀ ਜਿੰਦੜੀ ਮੈਂ ਕਿਸੇ ਵਤਨ ਦੇ ਲੇਖੇ ਲਾਵਾਂ ਦਿਲ ਕਰਦਾ ਕੋਈ ਤਗੜਾ ਜਾਂ ਕਾਂਡ ਕਰ ਜਾਵਾਂ ਲਓ ਸੁੰਦਰੇ ਪਾਸੇ ਮੇਰੇ ਮਿੱਤਰੋ ਸਰਵਿਸ ਮੁੰਡਾ ਸੁਧੀਰ ਕਰੇ ਕਰੇਗਾ ਪੰਜਾਬੀ ਦੀ ਕਦੇ ਧਰਤੀ ਨਾ ਖੇਡ ਦੇ ਮੈਦਾਨ ਦੇ ਅੰਦਰ ਸੁਰੇਸ਼ਿਆ ਤਿਆਰੀ ਫੜ ਲਾ ਸੋਹਣਿਆ ਵੀਰਾ ਹੋ ਤਿਆਰੀ ਫੜਨੀ ਪੈਣੀ ਹੈ ਹੁਣ ਗੱਲ ਇੱਥੇ ਟਿਕਾਣੇ ਲਾਉਣੀ ਪੈਣੀ ਹੈ ਪਤਾ ਫੇਰ ਲੱਗਣਾ ਹੋ ਖਾਧੀਆਂ ਖੁਰਾਕਾਂ ਦਾ ਲਾਈਆਂ ਮਿਹਨਤਾਂ ਦਾ ਹੋ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਦੇਖ ਸੂਰਜ ਟੱਕਰ ਦੇ ਚੱਕਰ ਵੇਖਣ ਵਾਲਾ ਮੇਰੇ ਮਿੱਤਰੋ ਟੱਕਰ ਬੜੀ ਸਿਰੇ ਦੀ ਖੇਡੀ ਜਾ ਰਹੀ ਹੈ ਦੋਨਾਂ ਟੀਮਾਂ ਦੇ ਦਰਮਿਆਨ ਪਰ ਪੰਜਾਬ ਵਾਲਿਆ ਫਰਕ ਕਿਤੇ ਵੱਡਾ ਪੈ ਗਿਆ ਹੈ ਕਹਿ ਬੰਟੀ ਨੂੰ ਵੀ ਬਾਲਾਂ ਕਿਤੇ ਲਾਉਣੀਆਂ ਪੈਣਗੀਆਂ ਮਿੱਤਰਾ ਫਿਰ ਤੇ ਕਿਤੇ ਜਾ ਕੇ ਜਿਹੜੇ ਚਰਚੇ ਹੋੜੇ ਹੈ ਪੰਜਾਬਾ ਪਿੰਡ ਭਾਵੇਂ ਨੇੜੇ ਹੈ ਪਰ ਵਾਟਾਂ ਕਦੇ ਦੂਰ ਦੀਆਂ ਜਿਹੜੀਆਂ ਹੋ ਜਾਣਗੀਆਂ ਇਹ ਵੀ ਗੱਲਬਾਤ ਜਿਹੜੀ ਪੱਕੀ ਹੈ ਖੇਡ ਦੇ ਮੈਦਾਨ ਦੇ ਅੰਦਰ ਵੀ ਜਦ ਲੋਹਾ ਕੱਟਦਾ ਲੋਹੇ ਨੂੰ ਭਾਂਬੜ ਮਚੇ ਅਗਿਆਰਿਆਂ ਦਾ ਰਾਜੇ ਖੇਡੇ ਹੌਸਲੇ ਦੀ ਜਿੱਤ ਹੁੰਦੀ ਹੈ ਮੁੱਲ ਪੈਂਦਾ ਨਹੀਂ ਉਹ ਖੋਕੇ ਮਾਰੇ ਲਲਕਾਰਿਆਂ ਦਾ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਹੈ ਮੁੱਲ ਪੈਂਦਾ ਨਹੀਂ ਖੋਕੇ ਮਾਰੇ ਲਲਕਾਰਿਆਂ ਦਾ ਨਾਲ ਹੀ ਵੀਰੇ ਇਸ ਤੋਂ ਬਾਅਦ ਰਾਏਸਰ ਜੱਸਾ ਤੇ ਸੇਵਕ ਕਲੱਬ ਹੁਸਨਰ ਇਹਨਾਂ ਟੀਮਾਂ ਦੇ ਖਿਡਾਰੀ ਜਿਹੜੇ ਤਿਆਰ ਬਰ ਤਿਆਰ ਰਹਿਣਗੇ ਇੱਕ ਨੰਬਰ ਗਰਾਊਂਡ 'ਚ ਦੋ ਨੰਬਰ ਗਰਾਊਂਡ 'ਚ ਜਿਹੜਾ ਮੈਚ ਖੇਡਿਆ ਜਾਣਾ ਹੈ
ਟਾਪਾਲੀ ਤੇ ਦਿਲਪ੍ਰੀਤ ਗਿੱਲ ਕੈਨੇਡਾ ਕਲੱਬ ਬਾਰਿਕਾ ਇਹਨਾਂ ਟੀਮਾਂ ਦੇ ਖਿਡਾਰੀ ਜਿਹੜੇ ਦੋ ਨੰਬਰ ਗਰਾਊਂਡ 'ਚ ਜਿਹੜੀ ਟੀਮ ਜਿੱਤਦੀ ਹੈ ਭਰਾ ਬਣ ਕੇ ਆਪਣੇ ਆਪ ਹੀ ਰੈਫਰੀ ਲਾ ਦਿਓ ਦੋ ਨੰਬਰ ਗਰਾਊਂਡ 'ਚ ਸਾਨੂੰ ਆਵਾਜ਼ ਨਾ ਮਾਰਨੀ ਪਵੇ ਇਹ ਸਾਡੀ ਬੇਨਤੀ ਹੈ ਜੀ ਖਿਡਾਰੀ ਵੀਰਾਂ ਨੂੰ ਮੈਚ ਕਹਿੰਦੇ ਦੋ ਨੰਬਰ ਗਰਾਊਂਡ ਦਾ ਵੀ ਹੈ ਬੜਾ ਤਕੜਾ ਜਿਹੜਾ ਖੇਡਿਆ ਜਾ ਰਿਹਾ ਹੈ ਇੱਕ ਪਾਸੇ ਮੁੰਡੇ ਕਹਿੰਦੇ ਦਬਾਨ ਖੇਡੇ ਦੀ ਟੀਮ ਹੈ ਮੁੰਡੇ ਸੋਨੀ ਹੋਣੀ ਚਰਚੇ ਜਿਹੜੇ ਸੋਨੂ ਹੁਣਾਂ ਦੇ ਵੱਡੇ ਹੋਏ ਨੇ ਨਾਲ ਕਹਿੰਦੇ ਰੈਸਰ ਦਾ ਨੈਕਸਟ ਮੈਚ ਆ ਸੰਦੀਪ ਰੇ ਬੋਵੀ ਨਿਊਜ਼ੀਲੈਂਡ ਦੀ ਸਮੈਸ਼ 200 ਦੀ ਓਕੇ ਓਕੇ ਜੀ ਕਿਹੜਾ ਪਿੰਡ ਆਪਣਾ ਮਨਪ੍ਰੀਤ ਰੇ ਲੈ ਦੱਸੀਏ ਵੀਰ ਬਣਦਾ ਨੰਬਰ ਕਿੰਨੇ ਕਿੰਨੇ ਵਿਅੰਤ ਬੰਦੀ ਕਰਦੇ ਆ ਹੁਣ ਮੁੰਡੇ ਕੀ ਬਣਦਾ ਕੀ ਨਹੀਂ ਬਣਦਾ ਇਹ ਤੇ ਪਤਾ ਕਦੇ ਲੱਗ ਜਾਣਾ ਹੈ ਵਿਅੰਤ ਬੰਦੀ ਆ ਸੱਤ ਤੇ ਦਸ ਦੀ ਟੱਕਰ ਹੈ ਵਾਲੀਆਂ ਵੀ ਗਈਆਂ ਰੇਸ਼ ਵੀ ਦੁਪੱਟੇ ਡੋਰੇ ਜਾਲੀਆਂ ਵੀ ਗਈਆਂ ਘੁੰਡ ਵੀ ਗਏ ਤੇ ਘੁੰਡ ਵਾਲੀਆਂ ਵੀ ਗਈਆਂ ਚੱਲ ਪਏ ਵਲੈਤੀ ਬਾਣੇ ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਆ ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਕੀ ਬਣਨਾ ਮੈਚ ਦਾ ਇਹ ਲੋਕ ਅੰਦਾਜ਼ੇ ਲਾਉਂਦੇ ਆ ਦੁਨੀਆਂ ਢਕਾ ਢਕ ਜੁੜ ਕੇ ਖੜ ਗਈ ਆ ਆਗਾ ਫੇਰ ਉਹ ਚੱਲ ਪਿਆ ਕੰਮ ਵੱਖਰਾ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਅੰਦਰ ਲਓ ਮੇਲਾ ਰਾਮਕੋਟ ਦਾ ਧੱਕ ਪੈਂਦੀ ਆ ਰਾਮਕੋਟ ਵਾਲਾ ਕਦੇ ਸ੍ਰੇਸ਼ ਟਰਾਈ ਕਰਦਾ ਹੈ ਖੇਡ ਦੇ ਮੈਦਾਨ ਦੇ ਅੰਦਰ ਇਹਨਾਂ ਪਿੰਡਾਂ ਦਾ ਮਾਣ ਬਣ ਕੇ ਉੱਠਿਆ ਜਿਵੇਂ ਪਹਿਲਾਂ ਦਿਲਸ਼ਾਦ ਨੇ ਗੱਲ ਕੀਤੀ ਹੈ ਉਸ ਤੋਂ ਪਹਿਲਾਂ ਕਹਿੰਦੇ ਸਾਡੇ ਵੱਡੇ ਭਾਈ ਅੱਜ ਪਟਾਕੇ ਨੇ ਕਹਿੰਦੇ ਬਹੁਤ ਤੱਕੀ ਜਿਹੜੀ ਬਾਜੀਬਾਲ ਖੇਡੀ ਇਹਨਾਂ ਪਿੰਡਾਂ 'ਚ ਤੇ ਚਰਚੇ ਜਿਹੜੇ ਕਰਵਾਏ ਨੇ ਤੇ ਉਸ ਤੋਂ ਬਾਅਦ ਕਹਿੰਦੇ ਸੁਰੇਸ਼ ਦੀਆਂ ਗੱਲਾਂ ਬਾਤਾਂ ਕਦੇ ਵੱਡੀਆਂ ਹੋਈਆਂ ਨੇ 11-7 ਹੋ ਗਏ ਵੀਰੇ ਮੇਰੇ ਮਿੱਤਰੋ ਐਨ ਕਹਿੰਦੇ ਟ੍ਰੈਂਡਿੰਗ ਤੇ ਹੈ ਮੁੰਡਾ ਕਹਿੰਦੇ ਪੂਰਾ ਪੀਕ ਤੇ ਹੈ ਚਰਚੇ ਜਿਹੜੇ ਵੱਡੇ ਹੁੰਦੇ ਨੇ ਬਾਰਵਾਂ ਵੀ ਜੋੜ ਗਿਆ ਚਰਚੇ ਵੱਡੇ ਨੇ ਕੰਬਲਾਂ ਚ ਬਹਿ ਕੇ ਪੱਬਜੀ ਨੀ ਖੇਡੀ ਮੁੰਡੇ ਨੇ ਆਹ ਗਰਾਊਂਡਾਂ ਚ ਮਿਹਨਤ ਲਾਈਆਂ ਆਹ ਚਰਚੇ ਵੱਡੇ ਆ ਜਿਹੜੇ ਪੱਬਜੀ ਖੇਡਦੇ ਆਪ ਹੀ ਹੱਸ ਪੈਂਦੇ ਪਤਾ ਨੀ ਕੀ ਗੱਲ ਹੈ ਰਾਮ ਸੰਦਰੇ ਪਾਸੇ ਮੇਰੇ ਮਿੱਤਰੋ ਮੁੰਡੇ ਸੋਚਣ ਦੇ ਮਜਬੂਰ ਕਰਦੇ ਆ ਆਹ ਮੁੰਡੇ ਮੇਰੇ ਮਿੱਤਰੋ ਸੋਚਣ ਦੇ ਕਦੇ ਮਜਬੂਰ ਕਰ ਦਿੱਤੇ ਆ ਆਹ ਮੁੰਡੇ ਕਦੇ ਰਾਮਗੋਟ ਪਿੰਡ ਦੇ ਵੀ ਬੇਹਿਮਤੇ ਨੇ ਜੋ ਬਹਿ ਕੇ ਕਰਨ ਸ਼ਿਕਵਾ ਮੁਕੱਦਰਾਂ ਦਾ ਉੱਕਣ ਵਾਲੇ ਉਹ ਕੀ ਪੈਂਦੇ ਸੀਨਾ ਪਾੜ ਕੇ ਪੱਥਰਾਂ ਦਾ ਉਹ ਮੰਜ਼ਲ ਦੇ ਧਰਤੀ ਲੱਗਦੀ ਉਹਨਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਉਹ ਨਕਸ਼ਾ ਮੰਜ਼ਲਾਂ ਦਾ ਜਿਹੜੇ ਘਰੋਂ ਬਣਾ ਕੇ ਤੁਰਦੇ ਨਕਸ਼ਾ ਮੰਜ਼ਲਾਂ ਦਾ ਮੁੰਡੇ ਫਿੱਟ ਨੇ ਉਹ ਮੁੰਡੇ ਪੂਰੇ ਪੂਰੇ ਫਿੱਟ ਨੇ ਤੇ ਆਪਣੀ ਚੜ੍ਹਾਈ ਆ ਮੁੰਡਿਆਂ ਦੀ ਉਹ ਗੱਲਾਂ ਦੂਰ ਦੁਰਾਡੇ ਨੇ ਵੀ ਚੜ੍ਹਦੇ ਨੂੰ ਦੇਖ ਕੇ ਮਾਰੀ ਦੇ ਨਹੀਂ ਛੱਡੇ ਐਸੇ ਫੇਮ ਦਾ ਕੀ ਫਾਇਦਾ ਪੈ ਜੇ ਥੁੱਕ ਕੇ ਜੇ ਚੱਟਣਾ ਗੱਲ ਸੁਣ ਮੱਖਣਾ ਚਿਹਰਾ ਪੈਂਦਾ ਰੱਖਣਾ ਹੋਵੇ ਜੇ ਮੁਕੱਦਰਾਂ ਦਾ ਟਾਈਮ ਚੱਕਣਾ ਗੱਲ ਸੁਣ ਮੱਖਣਾ ਚਿਹਰਾ ਪੈਂਦਾ ਰੱਖਣਾ ਹੋਵੇ ਜੇ ਮੁਕੱਦਰਾਂ ਦਾ ਟਾਈਮ ਚੱਕਣਾ ਆ ਸੁਧੀਰ ਤੇ ਦੂਜੇ ਪਾਸੇ ਸੁਰੇਸ਼ ਜੌਂਟੀ ਨਹੀਂ ਆਇਆ ਵੀਰੇ ਇਸ ਖੇਡ ਟੂਰਨਾਮੈਂਟ ਦੀਆਂ ਦਾਅਵੇਦਾਰ ਟੀਮਾਂ ਆਪਾਂ ਕਹਿ ਲਈਏ ਪਰ ਸਾਹਮਣੇ ਮੇਰੇ ਮਿੱਤਰੋ ਰਾਮਕੋਟ ਵਾਲਾ ਕਦੇ ਸੁਰੇਸ਼ ਟਰਾਈ ਕਰਦਾ ਹੈ ਛੋਟੀ ਉਮਰ 'ਚ ਮੁੰਡੇ ਨੇ ਕਹਿੰਦੇ ਬੱਲੇ ਬੱਲੇ ਜਿਹੜੀ ਕਰਵਾਈ ਹੈ ਤੇ ਅੱਜ ਕੱਲ੍ਹ ਕਹਿੰਦੇ ਹਰੇਕ ਕਮੇਟੀ ਦੀ ਜਿਹੜੀ ਮੰਗ ਹੁੰਦੀ ਹੈ ਵੀ ਰਾਮਕੋਟ ਵਾਲਾ ਸਾਡੀ ਟੀਮ ਦੇ ਲਈ ਖੇਡੇ ਤੇ ਚਰਚੇ ਮੇਰੇ ਮਿੱਤਰੋ ਕਦੇ ਹੁੰਦੇ ਨੇ
ਕਮੇਟੀਆਂ ਦੇ ਮੁੰਡਿਆਂ ਤੋਂ ਪੁੱਛ ਪੁੱਛ ਕੇ ਕਹਿੰਦੇ ਮੇਰੇ ਮਿੱਤਰੋ ਡੇਟਾ ਜਿਹੜੀਆਂ ਅਨਾਉਂਸ ਕਰਾਉਂਦੇ ਨੇ ਭਰਾ ਸਾਡੇ ਅੱਜ ਕੱਲ੍ਹ ਕਹਿੰਦੇ ਚਰਚਾ ਦਾ ਵਿਸ਼ਾ ਮੁੰਡਾ ਮੁੰਡੇ ਕਮਲ ਬਰਾੜ ਵੀਰੇ ਇੱਕ ਤਾਂ ਮੈਚ ਜੋਗੀ ਵਾਲਾ ਤੇ ਪੰਜਾਬ ਦਾ ਵੀਰੇ ਇੱਕ ਰੈਸਰ ਤੇ ਹੁਸਨਰ ਦਾ ਥੋਡੇ ਵਾਲਾ ਵੀ ਮੈਚ ਹੈਗਾ ਕਮਲ ਬਾਈ ਇਹ ਨੀ ਪਤਾ ਕਿਹਦੇ ਨਾਲ ਯਾਰ ਛੋਟੀ ਉਮਰ ਚ ਤਿੰਨ ਟੀਮਾਂ ਨੂੰ ਬਾਈ ਆ ਵੀਰੇ ਚੈਣਿਆਂ ਨੂੰ ਬਾਈ ਆ ਜੋਧਪੁਰੀਏ ਨੂੰ ਬਾਈ ਆ ਤੇ ਇੱਕ ਟੀਮ ਹੋਰ ਆ ਖਮਣੀ ਕਿਹੜੀ ਨੂੰ ਬਾਈ ਆ ਯਾਰ ਜ਼ਿੰਦਗੀ ਦੀ ਗੇਮ ਮਿੱਤਰੋ ਬਹਿ ਕੇ ਕੰਬਲਾਂ ਚ ਪੂਰਾ ਹੋ ਜੇ ਓਏ ਬਾਲ ਓਏ ਸੁਧੀਰ ਯਾਰ ਤਗੜੀ ਬਾਲ ਲਾਦੀ ਸੁਧੀਰ ਨੇ ਬਾਈ ਚੱਕੀ ਫਿਰਦੇ ਤੇ ਮਿੱਤਰਾਂ ਨੇ ਰੱਖੇ ਠਾਰ ਕੇ ਆਪਾਂ ਆਉਣੀ ਜਿਹੜੇ ਪਾਉਣੇ ਆ ਸਟੋਰੀਆਂ ਪਬਜੀ ਦੇ ਬੰਦਾ ਮਾਰ ਕੇ ਆਪਾਂ ਆਉਣੀ ਜਿਹੜੇ ਪਾਉਣੇ ਆ ਸਟੋਰੀਆਂ ਪਬਜੀ ਦੇ ਬੰਦਾ ਮਾਰ ਕੇ ਪਬਜੀ ਵਾਲਾ ਫੇਰ ਹੱਸ ਪਿਆ ਸੂਰਜ ਵੇਖ ਲਓ ਸਮਝਦੇ ਪਾਸੇ ਮੇਰੇ ਮਿੱਤਰੋ ਆ ਸੁਧੀਰ ਆ ਟੱਕਰ 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 ਰਵੀ ਦਾ ਮੈਚ ਰਹਿੰਦਾ ਵੀਰੇ ਤੇ ਤਾੜੀਆਂ ਆਪਣੇ ਆਪ ਵੱਜਣੀਆਂ ਇਹ ਗੱਲ ਪੱਕੀ ਆ ਪਰ ਪੰਜਾਬ ਵਾਲਿਆ ਉਹ ਗਲਤੀ ਵੱਡੀ ਆ ਸਕੇ ਵੀਰ ਖੇਡਦੇ ਆ ਉਹ ਕਹਿੰਦਾ ਕੁਛ ਨੀ ਪਰ ਮਨ ਮਨ ਚ ਹੀ ਭਰ ਜਾਂਦਾ ਹੈ ਕਹਿੰਦਾ ਕੁਛ ਨੀ ਵੀ ਵੀਰ ਆਪਣਾ ਹੈ ਕੋਈ ਨੀ ਸਿੱਖ ਲੈਣਾ ਲਓ ਸਮਝਦੇ ਪਾਸੇ ਮੇਰੇ ਮਿੱਤਰੋ ਆ ਗਿਆ ਫੇਰ ਓਏ ਪੰਜਾਬ ਵਾਲਾ ਸੁਧੀਰ ਤਗੜੀ ਬਾਲ ਆ ਗਿਆ ਬਾਈ ਬਹੁਤ ਤਗੜਾ ਖੇਡੀ ਉਹਦਾ ਸੁਧੀਰ ਵੀ ਯਾਰ ਇਧਰੋਂ ਰਾਮ ਕੁੰਡਲਾ ਸੁਰੇਸ਼ ਤਗੜਾ ਖੇਡੀ ਉਹਦਾ ਬਾਈ ਪੰਜਾਬ ਵਾਲਾ ਸੁਧੀਰ ਨੰਬਰ ਜੋੜ ਗਿਆ ਆਪਣੀ ਟੀਮ ਦੇ ਲਈ ਖੇਡ ਦੇ ਮੈਦਾਨ ਦੇ ਅੰਦਰ ਚਰਚੇ ਕਦੇ ਕਦੇ ਜੋਗੀਆਂ ਦੀ ਟੀਮ ਦੇ ਲਈ ਮੁੰਡੇ ਨੇ ਕਰਵਾਏ ਨੇ ਤੇ ਮੁੰਡਾ ਕਿਤੇ ਛੋਟੀ ਉਮਰ ਚ ਵੱਡਾ ਜਿਹੜਾ ਖਿਡਾਰੀ ਬਣ ਗਿਆ ਸੁਧੀਰ ਦੇ ਵੀ ਚਰਚੇ ਨੇ ਸੁਰੇਸ਼ ਦੀਆਂ ਗੱਲਾਂ ਬਾਤਾਂ ਉਧਰਲੇ ਪਾਸੇ ਪੰਜਾਬ ਵਾਲਾ ਬੱਲੇ ਬੱਲੇ ਕਰਵਾ ਗਿਆ ਬਾਈ ਯਾਰ ਜਿਹਨੂੰ ਜਿਹਨੂੰ ਪੰਜਾਬ ਵਾਲੀ ਸੁਧੀਰ ਦੀ ਖੇਡ ਚ ਦਮ ਲੱਗੇ ਇੱਕ ਵਾਰੀ ਤਾੜੀ ਮੁੰਡੇ ਦੇ ਨਾਲ ਜ਼ੋਰਦਾਰ ਮਾਰ ਦਿਓ ਵਾਕਈ ਐਨ ਵੱਡੀ ਗੇਮ ਦਾ ਮਾਲਕ ਹੈ ਵੀ ਪੰਜਾਬ ਵਾਲਾ ਅੱਖਿਆ ਕਰੇਗੀ ਉਹ ਗੁੱਡੀ ਚੜ ਲੈਣ ਦੇ ਪੰਜਾਬ ਵਾਲਾ ਆਖਿਆ ਕਰੇਗੀ ਗੁੱਡੀ ਚੜ ਲੈਣ ਦੇ ਰਾਮਕੋਟ ਵਾਲਿਆ ਸੰਦਰੇ ਪਾਸੇ ਮੁੰਡਾ ਪੰਜਾਬ ਵਾਲਾ ਉਹ ਕਮਾਲ ਕਦੇ ਕਰੀ ਤੁਰਿਆ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਅੰਦਰ ਵੀ ਪੱਚੀ ਜਿੱਦੜੀਏ ਜੱਟਾਂ ਤੋਂ ਇਹ ਚੱਕਦੇ ਭਾਰਿਆਂ ਪੱਟਾਂ ਤੋਂ ਇਹ ਲੜਦੇ ਖਾਲਿਆਂ ਵੱਟਾਂ ਤੋਂ ਇਹ ਬੜੇ ਪਤੰਦਰ ਭੈੜੇ ਆ ਉਹ ਰਾਤਾਂ ਨੂੰ ਧੁੱਪਾਂ ਸੇਕਦੇ ਇਹ ਦਿਨੇ ਦਿਖਾਉਂਦੇ ਤਾਰੇ ਆ ਮੁੰਡੇ ਵਾਲੀਬਾਲ ਖੇਡਣ ਵਾਲੇ ਆ ਲਓ ਬੱਲੇ ਬੱਲੇ ਸਵਾਦ ਵੱਖਰਾ ਹਾਏ ਹੋਰ ਆਪਾਂ ਪਤਾ ਨੀ ਰੋਟੀ ਕੀ ਹੋ ਜਾਂਦੀ ਕੁੱਕਰਾਂ ਕੋਲ ਲੜਦੇ ਆ ਗਲਤੀ ਵੱਡੀ ਫੜੋ ਜਲਦੀ ਨਾਲ ਭਰਾ ਬਣਦਾ ਹੈ ਪਤਾ ਨੀ ਕੀ ਗੱਲ ਹੋ ਜਾਂਦੀ ਇਹਨਾਂ ਨੂੰ ਲਓ ਸਾਹਮਣੇ ਉਹਦੇ ਪਾਸੇ ਸਰਵਿਸ ਫੇਰ ਤੇ ਆ ਜਾ ਅਗਲਾ ਮੈਚ ਰੈਸਰ ਤੇ ਹੁਸਨਰ ਵੀਰੇ ਮਨਪ੍ਰੀਤ ਸੰਧੂ ਦਾ ਵੀਰ ਸਾਡਾ ਉਸ ਵੀਰ ਦੇ ਵੀ ਬਹੁਤ ਵੱਡੇ ਸਾਨੂੰ ਜਿਹੜੇ ਯੋਗਦਾਨ ਨੇ ਅੱਜ ਇਸ ਖੇਡ ਟੂਰਨਾਮੈਂਟ ਦੇ ਲਈ ਭਰਾ ਸਾਡੇ ਦੇ ਵੱਲੋਂ 3100 ਦੇ ਵੱਡੇ ਜਿਹੜੇ ਸਹਿਯੋਗ ਆਏ ਨੇ ਮਨਪ੍ਰੀਤ ਸੰਧੂ ਆ ਭਰਾ ਸਾਡਾ ਕੈਨੇਡਾ ਦੇ ਵਿੱਚ ਵੱਡੇ ਜਿਹੜੇ ਚਰਚੇ ਹੁੰਦੇ ਨੇ ਵੀਰਾਂ ਸਾਡਿਆਂ ਦੇ ਐਨਆਰਆਈ ਵੀਰਾਂ ਨੇ ਵੀ ਬਹੁਤ ਵੱਡੀ ਜਿਹੜੀ ਸਪੋਰਟ ਕੀਤੀ ਹੈ ਸਾਨੂੰ ਅੱਜ ਇਸ ਖੇਡ ਟੂਰਨਾਮੈਂਟ ਦੇ ਲਈ ਮਨਪ੍ਰੀਤ ਸੰਧੂ ਭਰਾ ਦਾ ਵੀ ਬਹੁਤ ਵੱਡਾ ਜਿਹੜਾ ਧੰਨਵਾਦ ਹੈ ਜਿਨ੍ਹਾਂ ਵੀਰਾਂ ਨੇ ਇੱਕ ਤੋਂ ਲੈ ਕੇ ਸਾਨੂੰ ਹਜ਼ਾਰਾਂ ਤੱਕ ਦੇ ਜਿਹੜੇ ਯੋਗਦਾਨ ਦਿੱਤੇ ਨੇ ਸਾਰੇ ਪ੍ਰਬੰਧਕੀ ਕਮੇਟੀ ਦਾ ਵੀ ਵੱਡਾ ਧੰਨਵਾਦ ਸਾਰੇ ਪਿੰਡ ਵਾਸੀਆਂ ਦਾ ਬੱਚੇ ਦਾ ਸਹਿਯੋਗ ਹੈ ਅੱਜ ਦੇ ਇਸ ਖੇਡ ਟੂਰਨਾਮੈਂਟ ਦੇ ਲਈ ਬਹੁਤ ਵੱਡਾ ਜਿਹੜਾ ਧੰਨਵਾਦ ਹੈ ਜੀ ਬਾਕੀ ਐਨ ਵੱਡਾ ਧੰਨਵਾਦ ਕਰਦੇ ਹਾਂ ਵੱਡਾ ਮੇਲਾ ਕਰਾ ਕੇ ਭਰਾ ਸਾਡੇ ਬਹੁਤ ਬੜਾ ਧੰਨਵਾਦ ਕਰਦੇ ਕ੍ਰੇਜ਼ੀ ਯੂਨੀਅਨ ਹੋਣੀ ਵਿਨੋਦ ਹੋਣੀ ਭਰਾ ਨੇ ਸਾਡੇ ਲਓ ਸਮਝਦੇ ਪਾਸੇ ਆ ਗਿਆ ਫੇਰ ਮੈਂ ਤੈਨੂੰ ਫੇਰ ਮੰਨਾ ਵੀ ਵਿੱਚ ਗਹਿਰੇ ਝੱਲਾਂ ਦੇ ਕਦੇ ਸ਼ੇਰ ਨੀ ਰਹਿੰਦੇ ਗੁੱਜੇ ਕੌਣ ਠੱਲੂ ਤੂਫਾਨ
ਕਿਸਾਨਾਂ ਨੂੰ ਸਾਦਰ ਵਿੱਚ ਨਹੀਂ ਪੈਂਦੇ ਕੁੱਤੇ ਉਹ ਮਾਰ ਦੋ ਤਾਰੀ ਜੋਰਦਾਰ ਲਓ ਸਾਹਮਣੇ ਕਦੇ ਬੱਲੇ ਬੱਲੇ ਮੁੰਡੇ ਦੀ ਕਰਵਾ ਦਿੱਤੀ ਹੈ ਲੈ ਵੀ ਬੰਟੀ ਕੋਈ ਨੰਬਰ ਹੱਲੇ ਜੋੜਿਆ ਨਹੀਂ ਲਓ ਜੀ ਵੀਰੇ ਜੈਕਸਨ ਕੈਨੇਡਾ ਵਾਲਾ 2100 ਆਪਾਂ ਕਰ ਦਿੱਤਾ ਜੀ ਸੈਂਡ ਜੱਸੀ ਦੇ ਖਾਤੇ ਚ ਕਰ ਲਿਓ ਮਾੜਾ ਪਤਾ ਜੈਕਸਨ ਵੀਰੇ ਜੱਸੇ ਦੇ ਪਹਿਲਾਂ ਹੋਏ ਨਹੀਂ ਸੀ ਹੁਣ ਆਪਾਂ ਜੱਸੀ ਦੇ ਖਾਤੇ ਚ ਪਾਤਾ ਜੀ ਜੱਸੀ ਗਰੇਵਾਲ ਜਿੰਨੇ ਸ੍ਰੇਸ਼ ਬਾਲਾ ਮਾਰ ਕੇ ਨੰਬਰ ਜੋੜੇਗਾ ਉਹਨੇ ਦੋ ਦੋਸੇ ਦੇ ਨਾਲ ਵੱਡੇ ਜਿਹੜੇ ਮਾਨ ਸਨਮਾਨ ਜਿਹੜੇ ਕੀਤੇ ਜਾਣਗੇ ਹਰੇਕ ਨੰਬਰ ਜਾ ਜਿਹੜਾ 200 ਦਿੱਤਾ ਜਾਣਾ ਹੈ ਮਨਪ੍ਰੀਤ ਸੰਧੂ ਭਰਾ ਸਾਡਾ NRI ਕਹਿੰਦਾ ਹੈ ਵੀ ਵੱਡੇ ਜਿਹੜੇ ਮਾਨ ਸਨਮਾਨ ਜਿਹੜੇ ਕਰ ਦਾਂਗੇ ਤੇ 3100 ਅੱਜ ਦੇ ਖੇਡ ਟੂਰਨਾਮੈਂਟ ਦੇ ਲਈ ਭਰਾ ਸਾਡੇ ਨੇ ਵੱਡੀ ਜਿਹੜੀ ਸਪੋਰਟ ਕੀਤੀ ਹੈ ਵੱਡੀ ਜਿਹੜੀ ਸਹਾਇਤਾ ਕੀਤੀ ਹੈ ਮੇਰੇ ਮਿੱਤਰੋ ਇਹਨਾਂ ਖੇਡ ਦੇ ਮੈਦਾਨਾਂ ਦੇ ਅੰਦਰ ਬਹੁਤ ਵੱਡਾ ਜਿਹੜਾ ਧੰਨਵਾਦ ਹੈ ਜਿਹਨਾਂ ਵੀਰਾਂ ਨੇ ਇੱਕ ਤੋਂ ਲੈ ਕੇ ਹਜ਼ਾਰਾਂ ਤੱਕ ਦੇ ਸਾਨੂੰ ਜਿਹੜੇ ਯੋਗਦਾਨ ਦਿੱਤੇ ਬਹੁਤ ਬੜਾ ਧੰਨਵਾਦ ਰਮਨ ਵੀਰਾਂ ਨਾਲ ਤੇ ਜੀ ਭਰਾ ਸਾਡੇ ਜੇ ਸੁਰੇਸ਼ ਬਾਲ ਮਾਰੇ ਸੁਧੀਰ ਦੇ ਇੱਕ 100 ਦੇ ਵੱਡੇ ਮਾਨ ਤੇ ਸਨਮਾਨ ਕੀਤੇ ਜਾਣੇ ਆ ਆਓ ਕ੍ਰੇਜੀ ਭਰਾ ਸਾਡਾ ਨਾਲ ਰਮਨ ਵੀਰ ਆ ਲਿਖ ਲਿਓ ਖਾਤੇ ਚ ਮੰਨੂ ਕੈਸ਼ੀਅਰ ਨੂੰ ਖਾਤੇ ਚ ਲਿਖਿਆ ਦੀ ਮਾੜਾ ਜਾ ਕਰਤਾ ਵੀਰਾਂ ਨੇ ਆਓ ਕੈਸ਼ੀਅਰ ਤਾਂ ਕੈਸ਼ੀਅਰ ਹੀ ਆ ਫਿਰ ਉਹਨਾਂ ਨੇ 500 ਕਰਤਾ ਬਹੀ ਤੇ ਨੋਟ ਕਰਾ ਦੀ ਬਈ ਵੱਡੇ ਮਾਨ ਤੇ ਸਨਮਾਨ ਕੀਤੇ ਜਾ ਰਹੇ ਆ ਮੇਰੇ ਮਿੱਤਰੋ ਸਾਹਮਣੇ ਕਦੇ ਮੇਰੇ ਮਿੱਤਰੋ ਗਲਤੀ ਕਰ ਗਿਆ ਖਿਡਾਰੀ ਲੈ ਵੀ ਭਾਲੀ ਕਿੰਨੇ ਕਿੰਨੇ ਹੋ ਗਏ ਦੱਸੋ ਜੀ ਇੱਕ ਦੋ ਨੰਬਰ ਬਾਕੀ ਰਹਿ ਗਏ ਜੀ 15-9 ਆਵਰੇ 15-9 ਜੀ 15 ਯੋਗੀ ਵਾਲਾ ਸਰੇ ਰਾਮਕੋਟ ਦੇ 9 ਸਕੋਰ ਜਿਹੜੇ ਹੈਗੇ ਆ ਸੁਧੀਰ ਪੰਜਾਬ ਦਾ ਲਾਸਟ ਪੁਆਇੰਟ ਆ ਗਿਆ ਜੀ ਸਰੇ ਰਾਮਕੋਟ ਦਾ ਯੋਗੀ ਵਾਲਾ ਦਾ ਲਾਸਟ ਪੁਆਇੰਟ ਰੈਸਰ ਤੇ ਹੁਸਨਰ ਦੀ ਟੱਕਰ ਦਿਖਾਵਾਂਗੇ ਬਈ ਕੌਣ ਜਿੱਤ ਗਿਆ ਜੀ ਉਧਰੋਂ ਧੰਨਵਾਦ ਜੀ ਧੰਨਵਾਦ ਅੰਮ੍ਰਿਤ ਕਮੈਂਟਰੇਟਰ ਮੋਪਾ ਰਾਏ ਭਲੇਰ ਵਾਲਾ ਨੰਬਰਦਾਰ ਵੀ ਲਾਈ ਜੁੜ ਗਿਆ ਸਟਾਰ ਕਮੈਂਟਰੇਟਰ ਤੇ ਪੂਰਾ ਪੂਰਾ ਬਹੁਤ ਸਵਾਗਤ ਆ ਬਈ ਨੰਬਰਦਾਰ ਜੀ ਪਰ ਪੂਰਾ ਪੂਰਾ 2100 ਪਰ ਨਾਲ ਮਰਜੀ ਆ ਜੱਸੀ ਤੇਰੀ ਨਹੀਂ ਆਏ ਕੋਈ ਚੱਕਰ ਨਹੀਂ ਫਿਰ ਮੈਦਾਨ ਦੇ ਅੰਦਰ ਮੁੰਡੇ ਪੰਜਾਬੇ ਵਾਲੇ ਦੇਖ ਸੂਰਜ ਫਿੱਟ ਰਹੇ ਬਾਕੀ ਕਦੇ ਮੁੰਡੇ ਪੂਰੇ ਫਿੱਟ ਨੇ ਪਰ ਫਰਕ ਜਿਹੜਾ ਕਦੇ ਵੱਡਾ ਪੈ ਗਿਆ ਵੀਰੇ ਦਿਲਪ੍ਰੀਤ ਗਿੱਲ ਕੈਨੇਡਾ ਕਲੱਬ ਬਾਰੇਕਾ ਤੇ ਡਾਬਲ ਦੀ ਟੀਮ ਦੇ ਖਿਡਾਰੀ ਆਓ ਜੀ 2 ਨੰਬਰ ਗਰਾਊਂਡ 'ਚ ਬਾਰੇਕ ਦੀ ਟੀਮ ਕਿੱਥੇ ਹੈ ਜੀ ਦਿਲਪ੍ਰੀਤ ਗਿੱਲ ਕੈਨੇਡਾ ਕਲੱਬ ਬਾਰੇਕਾ ਆ ਜਾਓ ਭਰਾ ਬਣ ਕੇ ਜਲਦੀ ਦੇ ਨਾਲ ਹਾਂਜੀ ਹਾਂਜੀ ਅਮਰ ਦੋਰੇ ਖਿਡਾ ਜਿੱਤ ਗਈ ਜੀ ਉਧਰੋਂ ਦੀਵਾਨ ਖਿਡਾ ਸਾਟ ਹੈ ਸਾਟ ਹੈ 2 ਨੰਬਰ ਗਰਾਊਂਡ 'ਚੋ ਦੀਵਾਨ ਖਿੜ ਦੀ ਟੀਮ ਦਾ ਇੱਕ ਖਿਡਾਰੀ ਆ ਕੇ ਮੈਚ ਕਰਾਓ ਜੀ ਅਗਲਾ ਮੈਚ ਸ਼ੇਰੂ ਤੇ ਜੱਸੇ ਦਾ ਹੋਣਾ ਬਈ ਪ੍ਰਦੀਪ ਦਿਓਰ ਨਾਲ ਹੁਸਨਰ ਦੀ ਟੀਮ ਨਾਲ ਸੱਤਾ ਹਾਰ ਗਿਆ ਜੀ ਵੀਰੇ 16-17 ਨਾਲ ਸੱਤਾ ਹਾਰ ਗਿਆ ਜੀ ਸ਼ੇਰੂ ਤੇ ਜੱਸੇ ਨੂੰ ਬੜਾ ਤਕੜਾ ਖੇਡਿਆ ਸੱਤਾ ਚ ਯਾਰ ਦੋਵਾਂ ਟੀਮਾਂ ਦੀ ਖੇਡੀਆਂ ਜਿੱਤ ਗਈ ਜੋਗੀ ਵਾਲਾ ਵੀਰੇ ਸੱਤੇ ਤੇ ਸ਼ੇਰੂ ਹੀ ਟੱਕਰ ਲਗਾਵਾਂਗੇ ਪ੍ਰਦੀਪ ਦਿਓਰ ਨਾਲ ਹੁਸਨਰ ਵਾਲੇ ਜੀਵਨ ਵਰਗਾ ਨਾ ਬਾਈ ਲਵਪ੍ਰੀਤ ਵਰਗਾ ਨਾ ਲੈ ਵੀ ਵੀਰੇ ਆ ਜਾਓ ਜਲਦੀ ਦੇ ਨਾਲ ਰਾਏਸਰ ਤੇ ਸੇਵਕ ਕਲੱਬ ਹੁਸਨਰ ਭਰਾ ਬਣ ਕੇ ਆ ਜਾਓ ਜਲਦੀ ਦੇ ਨਾਲ ਚਲਾਈਏ ਜੀ ਮੈਚ ਆਪਾਂ ਵੀਰੇ 2 ਨੰਬਰ ਗਰਾਊਂਡ ਦੀ ਆ ਗਈ ਟੀਮਾਂ ਦਿਲਪ੍ਰੀਤ ਗਿੱਲ ਕੈਨੇਡਾ ਕਲੱਬ ਬਾਰੇਕ ਦੀ ਟੀਮ ਕਿੱਥੇ ਆ ਜੀ ਹੱਥ ਚੱਕੋ ਕਿੱਧਰੇ ਟੀਮ ਨਾਲ ਟੀਮ ਆ ਜਾਏ ਜਲਦੀ ਦੇ ਨਾਲ ਬੇਨਤੀ ਹੈ ਜੀ ਸਾਡੀ ਡਾਬਲ ਦੀ ਟੀਮ ਬਿੱਲੀ ਕਿੱਥੇ ਆ ਜੀ ਆ ਜਾਓ ਭਰਾ ਬਣ ਕੇ ਆ ਗਈ ਡਾਬਲ ਦੀ ਟੀਮ ਬਹੁਤ ਬਹੁਤ ਧੰਨਵਾਦ